ਅਸੀਂ ਉਹਦਾ ਮੱਥਾ ਟਿਕਾਉਣਾ ਹੈ, ਤੁਸੀਂ ਸਾਰੇ ਖੜ੍ਹੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਗੁਰੂ ਦੇ ਦਰਸ਼ਨ ਹੋ ਗਏ, ਸੰਗਤ ਦੇ ਦਰਸ਼ਨ ਹੋ ਗਏ, ਐਡੀ ਵੱਡੀ ਪ੍ਰੈਸ ਹੈ ਜਿਹੜੀ ਤੀਜੀ ਅੱਖ ਹੈ ਮੀਡੀਆ ਦੀ, ਉਹ ਵੀ ਸਮਝ ਲਾ, ਉਹਦੇ ਵੀ ਦਰਸ਼ਨ ਹੋ ਗਏ, ਬਹੁਤ ਧੰਨਵਾਦ। ਹੋਰ ਦੱਸੋ ਲੋਕਾ ਸਾਹਿਬ ਕੀ ਕਹੋਗੇ 24? ਕੁਛ ਨਹੀਂ, 2 ਮਿੰਟ ਹੈ ਹਲੇ ਤਾਂ, ਫਿਰ ਦੱਸਾਂ। ਨਹੀਂ, ਜੋ ਮਾਹੌਲ ਬਣਿਆ ਹੈ, ਮਾਹੌਲ ਵਧੀਆ, ਅਕਾਲੀ ਦਲ ਦੇ ਹੱਕ 'ਚ ਵਧੀਆ ਮਾਹੌਲ ਬਣਿਆ ਵਾ। ਉਹਨਾਂ ਤੋਂ ਸਵਾਲ ਪੁੱਛੋ, ਮੈਂ ਤਾਂ ਉਹਨਾਂ ਦੀ ਇੰਡੀਪੈਂਡੈਂਟ ਆ, ਉਹ ਕਿਹੜਾ ਬੱਚੇ ਆ, ਬਾਲਕ ਥੋੜ੍ਹਾ, ਉਹਨਾਂ ਨਾਲ ਗੱਲ ਕਰ ਲਓ। ਹੈਗੇ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰ ਹੀ ਆ, ਹੁਣ ਕਿਹੜਾ ਬਾਹਰ ਆ, ਮੈਂਬਰੀ ਤੋਂ ਮੈਂਬਰ ਹੀ ਆ। ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ, ਉਹ ਤਾਂ ਸਾਰਿਆਂ ਦੇ ਸਾਹਮਣੇ, ਜੇ ਕੋਈ ਲੁੱਕ ਲਪੇਟੀ ਤਾਂ ਗੱਲ ਹੈ ਨੀ ਗੀ, ਜੇ ਕਹੀਏ ਵੀ ਕੋਈ ਲੁੱਕ ਲਪੇਟੀ ਹੈ ਕਿਸੇ ਨੂੰ, ਜਾਂ ਤਾਂ ਕੋਈ ਸਾਡੇ ਕੋਲ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ, ਅਸੀਂ ਉਹਦੇ ਖਿਲਾਫ਼ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ਼ ਸ਼ਿਕਾਇਤ ਆਉਂਦੀ, ਅਤੇ ਆਪੇ ਅਗਲਾ ਜਵਾਬ ਦਿੰਦਾ ਵੀ ਮੈਂ ਕਿਉਂ ਕੀ ਕਰਦਾ। ਸ਼ਿਕਾਇਤ ਸਲਾਹ ਮਸ਼ਵਰਾ ਕੀਤਾ ਨਹੀਂ ਜੀ ਇਸ ਬਾਬਤ ਕੋਈ? ਨਹੀਂ, ਮੈਂ ਤਾਂ ਰੋਕਿਆ ਸੀ ਵੀ ਨਾ ਜਾਓ। ਅੱਛਾ ਜੀ, ਅਗਲੇ ਬੱਚੇ ਦੀ ਮਰਜ਼ੀ ਆ, ਮੈਂ ਤਾਂ ਅੱਜ ਵੀ ਕਹਿਣਾ ਵੀ, ਮੈਂ ਤਾਂ ਅੱਜ ਵੀ ਕਹਿਣਾ ਜੇ ਟਿਕਟ ਦਿੰਦੇ ਆ ਜੀ ਫਿਰ ਪ੍ਰਚਾਰ ਕਿਨਾਂ? ਟਿਕਟ ਦਾ ਚਲੋ ਵੇਖੀ ਜਾਊ, ਦੇਣਗੇ ਨਹੀਂ ਦੇਣਗੇ ਕੀ ਕਰਨਗੇ ਪਤਾ ਨਹੀਂ, ਜਦੋਂ ਇਹ ਹਾਲਾਤ ਹੋਣਗੇ ਉਹੋ ਜਿਹੇ ਵੇਖਾਂਗੇ। ਤੁਹਾਡਾ ਆਪਣਾ ਇੱਕ ਕਰਦਾ ਹੈ ਜੀ ਸਿਆਸਤ ਦੇ ਵਿੱਚ, ਫਿਰ ਕਿਹਦੇ ਕਨੀ ਤੁਸੀਂ ਆਜੂਗਾ ਸਮਾਂ, ਉਹਦਾ ਜਵਾਬ ਦੇਵਾਂਗੇ ਤੁਹਾਨੂੰ। ਮਲੂਕਾ ਸਾਹਿਬ, ਤੁਸੀਂ ਖੁਦ ਮੌੜ ਮੰਡੀ ਦੇ ਹਲਕਾ ਇੰਚਾਰਜ ਸੀਗੇ, ਰਾਤ ਜਿਹੜਾ ਤੁਹਾਨੂੰ ਵੀ ਚੇਂਜ ਕਰ ਦਿੱਤਾ ਉੱਥੇ ਸਿੱਖ ਨੇ? ਕੋਈ ਗੱਲ ਨਹੀਂ, ਫਿਰ ਕਿ ਪਾਰਟੀ ਹੈ, ਭਾਵੇਂ ਕਿਸੇ ਨੂੰ ਚੇਂਜ ਕਰ ਸਕਦੀ ਹੈ, ਸੁਖਬੀਰ ਜੀ ਪ੍ਰਧਾਨ ਹੈ ਪਾਰਟੀ ਦੇ, ਮਾਲਕ ਨੇ, ਕਿਸੇ ਨੂੰ ਵੀ ਲਾ ਸਕਦੇ ਆ, ਉਹਨਾਂ ਦਾ ਅਧਿਕਾਰ ਹੈ ਇਹ, ਉਹਦੇ 'ਤੇ ਸਾਡਾ ਕਿੰਤੂ ਪ੍ਰੰਤੂ ਥੋੜ੍ਹਾ। ਕਿਤੇ ਨਾ ਕਿਤੇ ਇਹ ਨਹੀਂ ਗਾ ਜੀ, ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋਈ? ਕੋਈ ਪ੍ਰੋਬਲਮ ਦੇ ਨਾਲ ਸੱਚੇ ਸੱਚੇ ਪਾਤਸ਼ਾਹ ਨਾ ਪ੍ਰੋਬਲਮ ਖੜੀ ਕਰੇ, ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ, ਇੱਕ ਵਾਹਿਗੁਰੂ ਨਾਲ ਰਹੇ, ਬਾਕੀ ਸਭ ਠੀਕ ਹੈ। ਤੁਹਾਡੇ ਤੇ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ, ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉਦਾਂ ਕਰਿਓ, ਤੇ ਨਹੀਂ ਤੁਸੀਂ ਅਕਾਲੀ ਦਲ ਨਾਲ ਹੀ ਰਹੋਗੇ ਜਾਂ? ਮੈਂ ਕਿਹਾ ਸਵਾਲ ਉਦਾਂ ਕਰਿਓ, ਮੈਂ ਅਕਾਲੀ ਦਲ ਚ ਹੈਗਾ ਤੇ ਜਦੋਂ ਮੈਂ ਗਿਆ ਉਦੋਂ ਸਵਾਲ ਕਰਿਓ ਨਾ, ਐਵੇਂ ਮੈਨੂੰ ਭੇਜੀ ਜਾਂਦੇ ਮੱਲੋ ਮੱਲੀ ਤੁਸੀਂ, ਨਹੀਂ ਕਿਹਾ ਜਾ ਰਿਹਾ। ਚਲ ਬਸ, 2 ਮਿੰਟ, ਥੈਂਕ ਯੂ।